ਇੱਥੇ ਹੀ ਬਿਲਕੁਲ ਗ੍ਰੇਨੇਡ ਇੱਥੇ ਹੀ ਗਿਰਿਆ ਸੀਗਾ, ਇੱਥੇ ਹੀ ਪੂਰਾ ਹੁਣ CFSL ਦੀ ਜਿਹੜੀ ਟੀਮ ਹੈ ਉਹ ਹੁਣ ਸਾਰਾ ਚੈੱਕ ਕਰਦੀ ਨਜ਼ਰ ਆ ਰਹੀ ਹੈ। ਹੁਣ ਤੁਸੀਂ ਦੇਖੋ ਕਿ ਇੱਥੇ ਖੱਡਾ ਹੋਇਆ ਤੇ ਨਾਲ ਦੇ ਜਿਹੜੇ ਸ਼ੀਸ਼ੇ ਸੀਗੇ ਘਰ ਦੇ ਜਿਹੜੇ ਸ਼ੀਸ਼ੇ ਆ ਉਹ ਵੀ ਬ੍ਰੇਕ ਹੋ ਚੁੱਕੇ ਨੇ। CFSL ਦੀ ਟੀਮ ਜਿਹੜੀ ਚੰਡੀਗੜ੍ਹ ਦੀ ਉਹ ਇੱਥੇ ਪਹੁੰਚ ਕੇ ਪੂਰਾ ਹੁਣ ਜਿੰਨੇ ਵੀ ਜਿਹੜੇ ਸੈਂਪਲਸ ਨੇ ਉਹਨਾਂ ਨੂੰ ਕਲੈਕਟ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਬਹੁਤ ਅਹਿਮ ਹੋ ਜਾਂਦਾ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਪੂਰਾ ਬਲਾਸਟ ਹੋਇਆ ਹੋਣਾ, ਕਿਉਂਕਿ ਇਹ ਘਰ ਦੇ ਜਿਹੜਾ ਲੋਨ ਹੈ ਉਹਦੇ ਜਿਹੜਾ ਛੋਟਾ ਜਿਹਾ ਲੋਨ ਹੈ ਉੱਥੇ ਇਹ ਪੂਰਾ ਹੋਇਆ, ਤੇ ਕਿਤੇ ਨਾ ਕਿਤੇ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਕਿ ਆਖਿਰ ਉਹ ਜਿਹੜਾ ਮਕਸਦ ਕੀ ਸੀ ਉਹਨਾਂ ਦਾ ਔਰ ਕਿਸ ਤਰ੍ਹਾਂ ਦਾ, ਕਿਉਂਕਿ ਹੁਣ ਤੱਕ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਕਿਤੇ ਨਾ ਕਿਤੇ ਕੋਈ ਗੈਂਗਸਟਰ ਕਨੈਕਸ਼ਨ ਹੋ ਸਕਦਾ ਹੈ, ਜਿਹੜੀ SSP ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਉਣ ਤੋਂ ਬਾਅਦ ਜਿੰਨੇ ਵੀ ਜਿਹੜੇ ਬਾਰਡਰਸ ਏਰੀਆ ਨੇ ਹੋਰ ਸਾਰੀ ਚੀਜ਼ਾਂ ਉਹ ਸਾਰਾ ਸੀਲ ਕਰ ਦਿੱਤਾ ਗਿਆ ਸੀਗਾ, ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਸਸਪੈਕਟਿਡ ਜਿਹੜੇ ਆਟੋ ਦੇ ਵਿੱਚ ਆਏ ਸੀਗੇ, CCTV ਜਿਹੜੀ ਐਕਸਕਲੂਸਿਵ ਨਿਊਜ਼ 18 ਦੇ ਕੋਲ ਮੌਜੂਦ ਹੈ ਕਿ ਕਿਸ ਤਰ੍ਹਾਂ ਇਹ ਪੂਰਾ ਜਿਹੜਾ ਹੈਗਾ ਧਮਾਕਾ ਕਰਨ ਤੋਂ ਬਾਅਦ ਇਹ ਇੱਥੋਂ ਫਰਾਰ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਪੂਰਾ ਇਹ, ਕਿਉਂਕਿ ਇਹ ਪੂਰੀ ਰੈਕੀ ਹੋਈ ਹੈ, ਪੂਰੀ ਰੈਕੀ ਹੋਣ ਤੋਂ ਬਾਅਦ ਇਸ ਘਰ ਦੇ ਵਿੱਚ ਜਿਹੜਾ ਉਹ ਸੁੱਟਿਆ ਗਿਆ, ਯਾਨੀ ਕਿ ਮਕਸਦ ਕੀ ਸੀ। ਬਹੁਤ ਸਾਰੀ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਜਿਹੜਾ ਉਹ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਜਿਹੜੇ ਸੀਨੀਅਰ ਅਫਸਰਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੁਆਇੰਟ ਟੂ ਪੁਆਇੰਟ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਕਈ ਚੀਜ਼ਾਂ ਦਾ ਜਿਹੜਾ ਹੈਗਾ ਉਹ ਖੁਲਾਸਾ ਵੀ ਹੋਗਾ ਆਉਣ ਵਾਲੇ ਦਿਨਾਂ 'ਚ, ਉਹ ਕੌਣ ਸੀ, ਕੋਈ ਗੈਂਗਸਟਰ ਕਨੈਕਸ਼ਨ ਹੈ ਜਾਂ ਟੈਰਿਸਟ ਕਨੈਕਸ਼ਨ ਹੈ, ਸਾਰੀ ਚੀਜ਼ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਇੱਥੇ ਹੀ ਬਿਲਕੁਲ ਗ੍ਰੇਨੇਡ ਇੱਥੇ ਹੀ ਗਿਰਿਆ ਸੀਗਾ, ਇੱਥੇ ਹੀ ਪੂਰਾ ਹੁਣ CFSL ਦੀ ਜਿਹੜੀ ਟੀਮ ਹੈ ਉਹ ਹੁਣ ਸਾਰਾ ਚੈੱਕ ਕਰਦੀ ਨਜ਼ਰ ਆ ਰਹੀ ਹੈ। ਹੁਣ ਤੁਸੀਂ ਦੇਖੋ ਕਿ ਇੱਥੇ ਖੱਡਾ ਹੋਇਆ ਤੇ ਨਾਲ ਦੇ ਜਿਹੜੇ ਸ਼ੀਸ਼ੇ ਸੀਗੇ ਘਰ ਦੇ ਜਿਹੜੇ ਸ਼ੀਸ਼ੇ ਆ ਉਹ ਵੀ ਬ੍ਰੇਕ ਹੋ ਚੁੱਕੇ ਨੇ। CFSL ਦੀ ਟੀਮ ਜਿਹੜੀ ਚੰਡੀਗੜ੍ਹ ਦੀ ਉਹ ਇੱਥੇ ਪਹੁੰਚ ਕੇ ਪੂਰਾ ਹੁਣ ਜਿੰਨੇ ਵੀ ਜਿਹੜੇ ਸੈਂਪਲਸ ਨੇ ਉਹਨਾਂ ਨੂੰ ਕਲੈਕਟ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਬਹੁਤ ਅਹਿਮ ਹੋ ਜਾਂਦਾ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਪੂਰਾ ਬਲਾਸਟ ਹੋਇਆ ਹੋਣਾ, ਕਿਉਂਕਿ ਇਹ ਘਰ ਦੇ ਜਿਹੜਾ ਲੋਨ ਹੈ ਉਹਦੇ ਜਿਹੜਾ ਛੋਟਾ ਜਿਹਾ ਲੋਨ ਹੈ ਉੱਥੇ ਇਹ ਪੂਰਾ ਹੋਇਆ, ਤੇ ਕਿਤੇ ਨਾ ਕਿਤੇ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਕਿ ਆਖਿਰ ਉਹ ਜਿਹੜਾ ਮਕਸਦ ਕੀ ਸੀ ਉਹਨਾਂ ਦਾ ਔਰ ਕਿਸ ਤਰ੍ਹਾਂ ਦਾ, ਕਿਉਂਕਿ ਹੁਣ ਤੱਕ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਕੋਈ ਗੈਂਗਸਟਰ ਕਨੈਕਸ਼ਨ ਹੋ ਸਕਦਾ ਹੈ, ਜਿਹੜੀ SSP ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਉਣ ਤੋਂ ਬਾਅਦ ਜਿੰਨੇ ਵੀ ਜਿਹੜੇ ਬਾਰਡਰਸ ਏਰੀਆ ਨੇ ਹੋਰ ਸਾਰੀ ਚੀਜ਼ਾਂ ਉਹ ਸਾਰਾ ਸੀਲ ਕਰ ਦਿੱਤਾ ਗਿਆ ਸੀਗਾ, ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਸਸਪੈਕਟਿਡ ਜਿਹੜੇ ਆਟੋ ਦੇ ਵਿੱਚ ਆਏ ਸੀਗੇ, CCTV ਜਿਹੜੀ ਐਕਸਕਲੂਸਿਵ ਨਿਊਜ਼ 18 ਦੇ ਕੋਲ ਮੌਜੂਦ ਹੈ ਕਿ ਕਿਸ ਤਰ੍ਹਾਂ ਇਹ ਪੂਰਾ ਜਿਹੜਾ ਹੈਗਾ ਧਮਾਕਾ ਕਰਨ ਤੋਂ ਬਾਅਦ ਇਹ ਇੱਥੋਂ ਫਰਾਰ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਪੂਰਾ ਇਹ, ਕਿਉਂਕਿ ਇਹ ਪੂਰੀ ਰੈਕੀ ਹੋਈ ਹੈ, ਪੂਰੀ ਰੈਕੀ ਹੋਣ ਤੋਂ ਬਾਅਦ ਇਸ ਘਰ ਦੇ ਵਿੱਚ ਜਿਹੜਾ ਉਹ ਸੁੱਟਿਆ ਗਿਆ, ਯਾਨੀ ਕਿ ਮਕਸਦ ਕੀ ਸੀ। ਬਹੁਤ ਸਾਰੀ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਜਿਹੜਾ ਉਹ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਜਿਹੜੇ ਸੀਨੀਅਰ ਅਫਸਰਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੁਆਇੰਟ ਟੂ ਪੁਆਇੰਟ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਕਈ ਚੀਜ਼ਾਂ ਦਾ ਜਿਹੜਾ ਹੈਗਾ ਉਹ ਖੁਲਾਸਾ ਵੀ ਹੋਗਾ ਆਉਣ ਵਾਲੇ ਦਿਨਾਂ 'ਚ, ਉਹ ਕੌਣ ਸੀ, ਕੋਈ ਗੈਂਗਸਟਰ ਕਨੈਕਸ਼ਨ ਹੈ ਜਾਂ ਟੈਰਿਸਟ ਕਨੈਕਸ਼ਨ ਹੈ, ਸਾਰੀ ਚੀਜ਼ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਇੱਥੇ ਹੀ ਬਿਲਕੁਲ ਗ੍ਰੇਨੇਡ ਇੱਥੇ ਹੀ ਗਿਰਿਆ ਸੀਗਾ, ਇੱਥੇ ਹੀ ਪੂਰਾ ਹੁਣ CFSL ਦੀ ਜਿਹੜੀ ਟੀਮ ਹੈ ਉਹ ਹੁਣ ਸਾਰਾ ਚੈੱਕ ਕਰਦੀ ਨਜ਼ਰ ਆ ਰਹੀ ਹੈ। ਹੁਣ ਤੁਸੀਂ ਦੇਖੋ ਕਿ ਇੱਥੇ ਖੱਡਾ ਹੋਇਆ ਤੇ ਨਾਲ ਦੇ ਜਿਹੜੇ ਸ਼ੀਸ਼ੇ ਸੀਗੇ ਘਰ ਦੇ ਜਿਹੜੇ ਸ਼ੀਸ਼ੇ ਉਹ ਵੀ ਬ੍ਰੇਕ ਹੋ ਚੁੱਕੇ ਨੇ। CFSL ਦੀ ਟੀਮ ਜਿਹੜੀ ਚੰਡੀਗੜ੍ਹ ਦੀ ਉਹ ਇੱਥੇ ਪਹੁੰਚ ਕੇ ਪੂਰਾ ਹੁਣ ਜਿੰਨੇ ਵੀ ਜਿਹੜੇ ਸੈਂਪਲਸ ਨੇ ਉਹਨਾਂ ਨੂੰ ਕਲੈਕਟ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਬਹੁਤ ਅਹਿਮ ਹੋ ਜਾਂਦਾ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਪੂਰਾ ਬਲਾਸਟ ਹੋਇਆ ਹੋਣਾ, ਕਿਉਂਕਿ ਇਹ ਘਰ ਦੇ ਜਿਹੜਾ ਲੋਨ ਹੈ ਉਹਦੇ ਜਿਹੜਾ ਛੋਟਾ ਜਿਹਾ ਲੋਨ ਹੈ ਉੱਥੇ ਇਹ ਪੂਰਾ ਹੋਇਆ, ਤੇ ਕਿਤੇ ਨਾ ਕਿਤੇ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਕਿ ਆਖਿਰ ਉਹ ਜਿਹੜਾ ਮਕਸਦ ਕੀ ਸੀ ਉਹਨਾਂ ਦਾ ਔਰ ਕਿਸ ਤਰ੍ਹਾਂ ਦਾ, ਕਿਉਂਕਿ ਹੁਣ ਤੱਕ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਕੋਈ ਗੈਂਗਸਟਰ ਕਨੈਕਸ਼ਨ ਹੋ ਸਕਦਾ ਹੈ, ਜਿਹੜੀ SSP ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਉਣ ਤੋਂ ਬਾਅਦ ਜਿੰਨੇ ਵੀ ਜਿਹੜੇ ਬਾਰਡਰਸ ਏਰੀਆ ਨੇ ਹੋਰ ਸਾਰੀ ਚੀਜ਼ਾਂ ਉਹ ਸਾਰਾ ਸੀਲ ਕਰ ਦਿੱਤਾ ਗਿਆ ਸੀਗਾ, ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਸਸਪੈਕਟਿਡ ਜਿਹੜੇ ਆਟੋ ਦੇ ਵਿੱਚ ਆਏ ਸੀਗੇ, CCTV ਜਿਹੜੀ ਐਕਸਕਲੂਸਿਵ ਨਿਊਜ਼ 18 ਦੇ ਕੋਲ ਮੌਜੂਦ ਹੈ ਕਿ ਕਿਸ ਤਰ੍ਹਾਂ ਇਹ ਪੂਰਾ ਜਿਹੜਾ ਹੈਗਾ ਧਮਾਕਾ ਕਰਨ ਤੋਂ ਬਾਅਦ ਇਹ ਇੱਥੋਂ ਫਰਾਰ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਪੂਰਾ ਇਹ, ਕਿਉਂਕਿ ਇਹ ਪੂਰੀ ਰੈਕੀ ਹੋਈ ਹੈ,
ਪੂਰੀ ਰੈਕੀ ਹੋਣ ਤੋਂ ਬਾਅਦ ਇਸ ਘਰ ਦੇ ਵਿੱਚ ਜਿਹੜਾ ਉਹ ਸੁੱਟਿਆ ਗਿਆ, ਯਾਨੀ ਕਿ ਮਕਸਦ ਕੀ ਸੀ? ਬਹੁਤ ਸਾਰੀ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਜਿਹੜਾ ਉਹ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਜਿਹੜੇ ਸੀਨੀਅਰ ਅਫਸਰਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੁਆਇੰਟ ਟੂ ਪੁਆਇੰਟ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਕਈ ਚੀਜ਼ਾਂ ਦਾ ਜਿਹੜਾ ਹੈਗਾ ਉਹ ਖੁਲਾਸਾ ਵੀ ਹੋਗਾ ਆਉਣ ਵਾਲੇ ਦਿਨਾਂ 'ਚ। ਉਹ ਕੌਣ ਸੀ, ਕੋਈ ਗੈਂਗਸਟਰ ਕਨੈਕਸ਼ਨ ਹੈ ਜਾਂ ਟੈਰਿਸਟ ਕਨੈਕਸ਼ਨ ਹੈ, ਸਾਰੀ ਚੀਜ਼ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ।